ਬਾਪੂ ਕਿਹੜਾ ਪਿੰਡ ਆਪਣਾ? ਗੰਡੂ ਕਲਾਂ ਜੀ। ਛੱਡੇ ਬਾਈ ਕਬੂਤਰ ਬਾਰੇ ਆ, ਚੱਲ ਮਸਾਲਾ ਤੋਂ ਬਾਰੇ ਆ। ਕਿੱਧਰ ਪਾ ਕੇ ਓਏ ਖਾਲਸਿਆ, ਤੈਨੂੰ ਛੱਡੇ ਕਬੂਤਰ ਛੱਡੀ ਆ? ਕਬੂਤਰੀ ਕਹਿੰਦਾ ਕਬੂਤਰੀ ਛੱਡੀ ਹੋਣੀ, ਬੂਟੇ ਨੇ ਡਾਈ ਆ ਕਬੂਤਰੀ। ਲਓ ਵੀ ਸਾਥੀ ਪਿਆਰਿਓ, ਅੱਜ ਆਪਾਂ ਪਿੰਡ ਮੰਡੇਰ ਦੇ ਵਿੱਚ ਜੋ ਕਿ ਬਹੁਤ ਹੀ ਤਕੜਾ ਅੱਜ ਪ੍ਰੋਗਰਾਮ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਉਸ ਪਿਛਲੇ 2-3 ਵਾਰੀ ਇਹ ਬਾਜ਼ੀਆਂ ਵੀਰ ਲਗਾ ਚੁੱਕੇ ਨੇ ਆਪਣੇ ਪਿੰਡ ਦੇ ਨੌਜਵਾਨ ਰਲ ਮਿਲ ਕੇ, ਅਤੇ ਐਤਕੀ ਅੱਜ ਦੀ ਬਾਜ਼ੀ ਜੋ ਕਿ 1,05,000 ਰੁਪਈਏ ਦੀ ਬਾਜ਼ੀ ਹੋਣ ਜਾ ਰਹੀ ਹੈ ਸਾਥੀਓ। ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ, ਅਤੇ ਬਹੁਤ ਹੀ ਦੂਰੋਂ ਦੂਰੋਂ ਚੱਲ ਕੇ ਅੱਜ ਪਿੰਡ ਮੰਡੇਰ ਦੇ ਵਿੱਚ ਨੌਜਵਾਨ ਵੀਰ ਪਹੁੰਚੇ ਹੋਏ ਨੇ, ਜਿਸ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ। ਆ ਜਾਓ, ਬਣੇ ਰਹੋ ਵੀਡੀਓ 'ਤੇ ਜੀ। ਦੀਪੀ ਕਟਿਆਣੀ ਦਾ 2,000 ਤੇ ਗੂਗਲ ਪੇ ਕਰਤਾ ਇਹਨਾਂ ਨੇ, 2,700 ਗੂਗਲ ਪੇ ਹੋ ਗਿਆ, 700 ਰੁਪਇਆ ਸੀਗਾ, 300 ਰੁਪਏ ਮੋੜ ਦੇਣਾ ਨਾਲ। ਠੀਕ ਹੈ ਬਈ, ਆ ਗਈ ਨਾ ਲੱਗਦੀ ਜੱਕ ਲਈ ਸੇਬੀ ਦਾ ਦੀਪੀ ਕਟਿਆਣੀ, ਸੇਬੀ ਦੀਪੀ ਕਟਿਆਣੀ, ਦੀਪੀ ਸਰਪੰਚ ਤੇ ਸੇਬੀ ਹਰਮਨ ਦੇ ਨਾਂ ਤੇ, ਹਰਮਨ ਦੇ ਨਾਂ ਤੇ, ਉਹਦੇ ਨਾਂ ਤੇ ਆ ਜਸ਼ਨ ਦੇ ਨਾਂ ਤੇ ਹੈ। ਇੱਕ ਦੀ ਇਹਦੀ ਬਈ ਉਹ ਕਰ ਇੱਕ ਲਿਖੇ ਜਾਦੂ ਹੀਰੋ ਪਿਆਰੇ ਸਾਥੀ ਵੀਰੋ, ਤੁਸੀਂ ਦੇਖ ਰਹੇ ਹੋ ਜੋ ਕਿ ਉਰੇ ਚਾਹ ਪਾਣੀ ਦਾ ਰੋਟੀ ਦਾ
ਸਾਰਾ ਪ੍ਰਬੰਧ ਇਹਨਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚੋਂ ਦੂਰੋਂ ਦੂਰੋਂ ਨੌਜਵਾਨ ਪਹੁੰਚੇ ਹੋਏ ਨੇ। ਛੋਟੇ ਛੋਟੇ ਬੱਚੇ ਵੀ ਇਹ ਕਬੂਤਰਬਾਜ਼ੀ ਦਾ ਆਨੰਦ ਮਾਣਦੇ ਨੇ ਅਤੇ ਆਪਣੇ ਦੋਸਤ ਮਿੱਤਰਾਂ ਪਿਤਾ ਦੇ ਨਾਲ ਪਹੁੰਚੇ ਹੋਏ ਨੇ ਅਤੇ ਸਾਥੀ ਪਿਆਰੇ ਚਾਹ ਦਾ ਆਨੰਦ ਮਾਣ ਰਹੇ ਨੇ ਅਤੇ ਚਾਹ ਦਾ ਤੁਰੰਤ ਲੰਗਰ ਵੀ ਲਗਾਇਆ ਗਿਆ ਅਤੇ ਨਾਲ ਖਾਣਾ ਦਾਣਾ ਰੋਟੀ ਪਾਣੀ ਦਾ ਵੀ ਪ੍ਰਬੰਧ ਇਹਨਾਂ ਨੌਜਵਾਨ ਵੀਰਾਂ ਵਾਸਤੇ ਇੱਥੋਂ ਦੇ ਜੋ ਕਬੂਤਰਬਾਜ਼ੀ ਉਡਾਰੇ ਨੇ ਉਹਨਾਂ ਵੱਲੋਂ ਕੀਤਾ ਗਿਆ। ਬਹੁਤ ਹੀ ਪ੍ਰੇਮ ਦੇ ਨਾਲ ਇਹ ਕਬੂਤਰਬਾਜ਼ੀ ਸਵੇਰ ਤੋਂ ਉਡਾਈ ਗਈ ਅਤੇ ਸ਼ਾਮ ਤੱਕ ਇਹ ਪਿੰਡ ਮੰਡੇਰ ਦੇ ਗਲੀਆਂ ਟੋਬਿਆਂ ਦੇ ਉੱਪਰ ਨੌਜਵਾਨ ਭੱਜੇ ਫਿਰਦੇ ਰਹੇ ਅਤੇ ਸ਼ੈੱਡ ਵਾਲੀ ਧਰਮਸ਼ਾਲਾ ਦੇ ਵਿੱਚ ਬੈਠ ਕੇ ਇਹ ਨੌਜਵਾਨ ਚਾਹ ਵੀ ਪੀ ਰਹੇ ਨੇ ਅਤੇ ਬੈਠ ਕੇ ਆਨੰਦ ਵੀ ਮਾਣ ਰਹੇ ਅਤੇ ਆਪਣੀਆਂ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਨੇ। ਵੱਖ ਵੱਖ ਤਾਂ ਜਿਵੇਂ ਲੈਣ ਮੈਣ ਖੰਭਿਆਂ ਕਣੀ ਝਾਕਦੇ ਹੁੰਦੇ ਨੇ, ਇਹ ਐਸ ਰੱਬ ਕਣੀ ਝਾਕ ਰਹੇ ਨਾ ਬਾਪੂ ਕਣੀ ਦੇਖ ਲਓ ਕਿਵੇਂ ਸਾਥੀ ਪਿਆਰੇ। ਸ਼ਾਮ ਤੱਕ ਇਹ ਕਬੂਤਰਾਂ ਦੀ ਬਾਜ਼ੀ ਉਡਾਈ ਗਈ ਜਿਸ ਦੇ ਵਿੱਚ ਸ਼ਾਮ ਨੂੰ 6 ਕਬੂਤਰਾਂ ਨੂੰ ਇਹ ਇਨਾਮ ਵੰਡ ਕੇ ਦਿੱਤਾ ਗਿਆ। 6 ਕਬੂਤਰ ਉੱਪਰ ਸ਼ਾਮ 6 ਵਜੇ ਤੱਕ ਉੱਪਰ ਰਹੇ ਤਾਂ ਇਹਨਾਂ ਨੂੰ 6 ਜਣਿਆਂ ਨੂੰ ਇਨਾਮ 1,50,000 ਦੇ ਵਿੱਚੋਂ ਵੱਖ ਵੱਖ ਵੰਡ ਕੇ ਦਿੱਤਾ ਗਿਆ ਜੀ। ਇਹ ਮੰਡੇਰ ਦੇ ਵਿੱਚ ਕਬੂਤਰਬਾਜ਼ੀ ਹੋਈ ਹੈ ਅਤੇ ਸਾਥੀ ਪਿਆਰੇ ਵੱਖ ਵੱਖ ਕਬੂਤਰਾਂ ਦੇ ਸਾਥੀ ਪਿਆਰੇ ਉਹ ਕਬੂਤਰਾਂ ਦੀ ਲਿਸਟ ਹੈ ਜੋ ਕਿ ਕਬੂਤਰਾਂ ਨੂੰ ਵੱਖ ਵੱਖ ਰੰਗਾਂ ਦੇ ਲਾ ਕੇ ਅਤੇ ਉਹਨਾਂ ਨੌਜਵਾਨਾਂ ਦਾ ਨਾਂ ਲਿਖਿਆ ਹੋਇਆ ਜਿਹੜੇ ਜਿਹੜੇ ਪਿੰਡ ਗੰਡੂਆਂ ਪਖੜਿਆਲ ਤੌਲਾਵਾਲ ਭਰਾਂਗਣਾ ਬੱਪੀਆਣਾ ਇਹ ਵੱਖ ਵੱਖ ਪਿੰਡਾਂ 'ਚੋਂ ਉਰੇ ਨੌਜਵਾਨ ਪਹੁੰਚੇ ਹੋਏ ਅਤੇ ਜਿਨ੍ਹਾਂ ਵੱਲੋਂ ਇਹ ਕਬੂਤਰ ਉਡਾਏ ਗਏ ਅਤੇ ਉਹਨਾਂ ਦੀਆਂ ਪੂਰੀਆਂ ਲਿਸਟਾਂ ਤਰੀਕੇ ਨਾਲ ਬਣਾਈਆਂ ਗਈਆਂ ਨੇ।